ਸਾਡੇ ਲੂਣ ਚ ਕਬੱਡੀ ਸਾਡੀ ਮਿੱਟੀ ਚ ਕਬੱਡੀ ਸਾਡੇ ਖੂਨ ਵੱਲੋਂ ਕਬੱਡੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਕਬੱਡੀ ਕੱਪ ਦਾ ਜਿਹੜਾ ਸ਼ੁਭ ਮਹੂਰਤ ਹੈ ਸਾਡੇ ਸਵਾਮੀ ਦਿਆਲ ਦਾਸ ਜੀ ਮਹਾਰਾਜ ਨੇ ਕੀਤਾ ਮੋਟਿਵ ਸਾਡਾ ਇਹ ਜਿਹੜੀ ਸਾਡਾ ਯੂਥ ਹੈ ਉਹਨੂੰ ਨਸ਼ਿਆਂ ਤੋਂ ਰਹਿਤ ਕਰਨਾ ਅੱਛਾ ਸਾਡੇ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਜੀ ਅਤੇ ਸਾਡੇ ਆਈ ਪੀ ਐੱਸ ਸੁਰਿੰਦਰ ਸਿੰਘ ਸੋਢੀ ਅਤੇ ਪਰਮਜੀਤ ਸਿੰਘ ਪੰਨੂ ਜਰਨੈਲ ਸਿੰਘ ਬਾਜਵਾ ਸਨੀ ਇਨਕਲੇਵ 20 ਕਿਲੋ 60 ਕਿਲੋ 75 ਕਿਲੋ ਆਲ ਓਪਨ ਸਾਡੇ ਕੋਲ 20 ਅਕੈਡਮੀ ਆਉਣਗੀਆਂ ਉਹਦੇ 'ਚ ਫਸਟ ਪ੍ਰਾਈਜ਼ 51,000 ਸੈਕਿੰਡ 41 ਜਿਹੜਾ ਨਸ਼ਾ ਹੈ ਉਹ ਪੰਜਾਬ 'ਚ ਹੈ ਤਾਂ ਸਾਰੇ ਪੰਜਾਬ 'ਚ ਹੀ ਬਹੁਤ ਜ਼ਿਆਦਾ ਵਧਿਆ ਹੋਇਆ ਸਾਡੇ ਜ਼ਿਲ੍ਹੇ 'ਚ ਨਵਾਂ ਸ਼ਹਿਰ ਜ਼ਿਆਦਾ ਪੈਰ ਪਸਾਰ ਚੁੱਕੇ ਅਸੀਂ ਉਸ ਨਸ਼ੇ ਨੂੰ ਘੱਟ ਕਰਨ ਲਈ ਜਿਹੜੀ ਨੌਜਵਾਨ ਪੀੜ੍ਹੀ ਸਾਡੀ ਉਹਦੀ ਸੋਚ ਬਦਲਣ ਲਈ ਆਜ਼ਾਦ ਸਪੋਰਟਸ ਕਲੱਬ ਨੇ ਇੱਕ ਵੱਡਾ ਕਦਮ ਚੁੱਕਿਆ ਕਬੱਡੀ ਟੂਰਨਾਮੈਂਟ ਹੈ ਹਰ ਸਾਲ ਕਰਵਾਇਆ ਜਾਊਗਾ ਅਤੇ ਖੂਨਦਾਨ ਕੈਂਪ ਹੋਰ ਜਿਹੜੇ ਵੀ ਉਪਰਾਲੇ ਜਿਹੜੇ ਨਸ਼ਿਆਂ ਤੋਂ ਰਹਿਤ ਕਰਾਉਣ ਲਈ ਯੂਥ ਨੂੰ ਉਹ ਕਰਵਾਏ ਜਾਣਗੇ ਅਤੇ ਸ਼ਲਾਘਾਯੋਗ ਕਦਮ ਚੁੱਕੇ ਗਏ ਨੇ ਸਾਡੇ ਸਰਪ੍ਰਸਤ ਰਵੀ ਵਾਗੋਲ ਵੀਰਾਂ ਸਹਿਯੋਗੀ ਸੱਜਣਾ ਮਿੱਤਰਾਂ ਦੇ ਸਹਿਯੋਗ ਦੇ ਨਾਲ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੇ ਇੱਕ ਸਹੁੰ ਚੱਕੀ ਹੈ ਕਿ ਅਸੀਂ ਨਸ਼ੇ ਤੋਂ ਮੁਕਤ ਹੋ ਕੇ ਆਪਣੇ ਜਿੱਥੇ ਆਪਣੇ ਨਗਰ ਨੂੰ ਬਿਤਾਵਾਂਗੇ ਖੇਡਾਂ ਨਾਲ ਜੋੜਾਂਗੇ ਉੱਥੇ ਅਸੀਂ ਆਪਣੇ ਇਲਾਕੇ ਲਈ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਨੌਜਵਾਨ ਨਸ਼ਿਆਂ ਤੋਂ ਟੁੱਟ ਕੇ ਸਾਡੇ ਕਲੱਬ ਦੇ ਨਾਲ ਜੋੜਨ ਜਿੱਥੇ ਵੀ ਸਾਡੇ ਕਲੱਬ ਦੀ ਲੋੜ ਹੋਵੇਗੀ ਅਸੀਂ ਦਿਨ ਰਾਤ ਉਹਨਾਂ ਨੌਜਵਾਨਾਂ ਨਾਲ ਖੜ ਕੇ ਉਹਨਾਂ ਦੀ ਸਪੋਰਟ ਕਰਾਂਗੇ ਤਾਂ ਜੋ ਸਾਡੇ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਹੜ ਵਿੱਚ ਵਗ ਰਹੀ ਹੈ ਉਸ ਨੂੰ ਰੋਕਣ ਦਾ ਜਿਹੜਾ ਉਪਰਾਲਾ ਅੱਜ ਵਾਗੋਲ ਆਜ਼ਾਦ ਸਪੋਰਟਸ ਕਲੱਬ ਵੱਲੋਂ ਕੀਤਾ ਗਿਆ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਜਿਸ ਤਰ੍ਹਾਂ ਦੇ ਵੀ ਖੂਨਦਾਨ ਕੈਂਪ ਹੋਣਗੇ ਜਾਂ ਕਿਸੇ ਤਰ੍ਹਾਂ ਦੀ ਨਸ਼ੇ ਛੁਡਾਊ ਕੇਂਦਰਾਂ ਨੂੰ ਸਾਡੀ ਲੋੜ ਹੋਏਗੀ ਆਜ਼ਾਦ ਸਪੋਰਟਸ ਕਲੱਬ ਵਾਗੋਲ ਹਮੇਸ਼ਾ ਉਹਨਾਂ ਦੀ ਸੇਵਾ ਵਿੱਚ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਟੂਰਨਾਮੈਂਟ ਕਰਾਇਆ ਜਿਹੜੇ ਕਿ ਬੱਚੇ ਨਸ਼ਿਆਂ ਤੋਂ ਰਹਿਤ ਹੋ ਜਾਣਗੇ ਜੇ ਖੇਡਣ ਗਏ ਤਾਂ ਨਸ਼ਾ ਨਹੀਂ ਕਰਨਗੇ ਸਾਥੀਆਂ ਪੂਰਾ ਸਾਥ ਦੇਵਾਂਗੇ ਔਰ ਪ੍ਰੇਰਨਾ ਦਿੰਦੇ ਹਾਂ ਗਾਹਾਂ ਵਾਸਤੇ ਵੀ ਟੂਰਨਾਮੈਂਟ ਮੈਂ ਤਾਂ ਕਹਿੰਦਾ ਵਿਨਾਸ਼ੀ ਕਰਾਉਂਦਾ ਹੀ ਰਹੇ ਬਜ਼ੁਰਗਾਂ ਅਤੇ ਬੱਚਿਆਂ ਦਾ ਜੋ ਨੌਜਵਾਨ ਬਹੁਤ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਇੰਨਾ ਉਪਰਾਲਾ ਕੀਤਾ ਆਜ਼ਾਦ ਨੌਜਵਾਨ ਕਲੱਬ ਬਾਗੋਵਾਲ ਦੇ ਨੌਜਵਾਨ ਬੱਚਿਓ ਜੋ ਤੁਸੀਂ ਇਹ ਖੇਡਾਂ ਵੱਲ ਨੂੰ ਆਪਣਾ ਰੁਝਾਨ ਕੀਤਾ ਹੈ ਨਸ਼ਿਆਂ ਤੋਂ ਰਹਿਤ ਇਸ ਰੁਝਾਨ ਨੂੰ ਬੜਾਵਾ ਦਿੰਦੇ ਰਹਿਣਾ ਸਾਡਾ ਨਗਰ ਸਾਡਾ ਆਜ਼ਾਦ ਕਲੱਬ ਨੌਜਵਾਨ ਸਭਾ ਬਾਗੋਵਾਲ ਦਾ ਪੂਰਾ ਪੂਰਾ ਸਾਥ ਦਿੰਦਾ ਰਹੂਗਾ ਥੋੜ੍ਹੀ ਜਿਹੀ 60 ਕਿਲੋ ਵਰਗ ਵਿੱਚ ਬੜਾ ਸ਼ਾਨਦਾਰ ਮੁਕਾਬਲਾ ਨਿੱਕੀ ਸ਼ਾਮਾ ਸਪੋਰਟਸ ਕਲੱਬ ਨਿੱਕੀ ਦਰਸ਼ਕ ਚਾਂਦ ਤੇ ਰੁੜਕੀ ਦੀ ਟੀਮਾਂ ਦੀ ਕਾਰ ਖੇਡਿਆ ਜਾਣਾ ਲੋਸ਼ਕਾ ਦੇ ਚੈਂਪੀਅਨ ਸ਼ੋਪੀ ਦੇ ਨਾਲ ਚਾਹਦਾ ਹੈ ਸਟੇਟ ਵਾਚੀ ਮੈਂਬਰ ਕੀ ਮੈਟੀ ਦੇ ਨਾਲ ਸ਼ਾਮਾ ਸਪੋਰਟਸ ਕਲੱਬ ਨਿੱਕੀ ਦੀ ਟੀਮ ਨੇ ਹਰਿਆਣਾ ਦੀ ਗੇਮ ਸ਼ੁਰੂ ਕੀਤੀ ਖੇਡ ਜੀ ਪੰਜਾਬੀ ਸਰਦਾਰ ਦੇ ਬਾਅਦ ਇਸ ਨੂੰ ਕਿ ਚਾਂਦ ਰੁੜਕੀ ਜਿੱਥੇ ਵੀ ਗਏ ਇਹਨਾਂ ਨਾਲ ਦੇ ਗਏ ਜਿੱਤਾ ਕੁੱਤੇ ਦਾ ਸਪੋਰਟਸ ਕਲੱਬ ਚਾਂਦ ਤੇ ਰੁੜਕੀ ਦੀ ਟੀਮ ਕੌਣ ਵਧਿਆ ਮੈਂ ਵੇਖਦਾ ਕਿ ਪੀਸੀ ਭਾਈ ਭਾਈ ਕਬੱਡੀ ਤੇ ਕੌਣ ਟੱਕੇਗਾ ਉਹਨੂੰ ਮਾਓ ਆਖਦੇ ਜਿਹੜਾ ਪਰਲੀ ਕੰਨੀ ਤੇ ਉਹ ਫੜਿਆ ਹੋਇਆ ਗੁੱਟ ਹੈ ਕਿ ਚੁੱਕ ਜਾ ਕਪਾਹ ਦੀ ਇਹ ਛੜੀਆਂ ਨਹੀਂ ਪਤਲੋ ਦੀ ਬਾਹ ਫਸ ਗਈ ਲੈ 100 ਰੁਪਏ ਜਿਹੜਾ ਜੱਫੇ ਦਾ ਰਾਜ ਕੁਮਾਰ ਸਾਡੇ ਜਿਹੜੇ ਗਿਆ ਹਾਜੀ ਵਿੱਚ ਉਹਨਾਂ ਦੇ ਵੀਰ ਅੱਜ ਮਾਣ ਸਮਾਨ ਕਰਨਗੇ ਕੌਣ ਫਿਰ ਕਬੱਡੀ ਪਾੜ ਦੇ ਲਈ ਦੂਜਾ ਦੀਪ ਵਧਿਆ ਹੋਇਆ ਸਾਹਮਣੇ ਤਿੰਨ ਜੱਫਿਆਂ ਦੀ ਸਾਡੀ ਹਵਾ ਚ ਕਬੱਡੀ ਸਾਡੇ ਲੂਣ ਚ ਕਬੱਡੀ ਸਾਡੀ ਮਿੱਟੀ ਚ ਕਬੱਡੀ ਸਾਡੇ ਖੂਨ ਚ ਕਬੱਡੀ ਸਾਡੀ ਹਵਾ ਚ ਕਬੱਡੀ ਸਾਡੇ ਲੂਣ ਚ ਕਬੱਡੀ ਸਾਡੀ ਮਿੱਟੀ ਚ ਕਬੱਡੀ ਸਾਡੇ ਖੂਨ ਚ ਕਬੱਡੀ ਸਾਡੇ ਰੰਗ ਨੇ ਪੰਜਾਬ ਦਾ ਨਿਸ਼ਾਨ ਏ ਕਬੱਡੀ ਕਬੱਡੀ ਸ਼ਾਨ ਹੈ।